ਇੱਥੋਂ ਦੇ ਵਜ਼ੀਰ, ਇੱਥੋਂ ਦੇ MLA, ਇਸ ਹਲਕੇ ਦੇ ਭਾਰਤ ਭੂਸ਼ਣ ਆਸ਼ੂ ਨੇ, ਮੈਂ ਸਮਝਦਾ ਕਿ ਲੋਕਾਂ ਨੂੰ ਇਹਨਾਂ ਦੇ ਗੱਲ 'ਚ ਹਾਰ ਵੀ ਪਾਉਣੇ ਚਾਹੀਦੇ ਨੇ, ਤੇ ਜਿਹਨਾਂ ਨੂੰ ਇੰਨਾ ਨਹੀਂ ਪਤਾ ਵੀ ਤੇ ਜਿਹਨਾਂ ਨੂੰ ਇੰਨਾ ਨਹੀਂ ਪਤਾ ਵੀ ਜੇ ਉਹਨੇ ਕਹਿ ਕੇ ਇਹ ਇੰਡਸਟਰੀ ਵਾਲਿਆਂ ਨੂੰ ਜ਼ਲੀਲ ਕੀਤਾ ਗਿਆ ਇੱਕ ਤਰ੍ਹਾਂ ਦਾ। दोस्तों, देश में लॉकडाउन का चौथा चरण शुरू हो गया, लेकिन चौथे चरण के लिए सरकार व प्रशासन ने इंडस्ट्री व व्यापारिक गतिविधियों को जारी रखने के लिए भी नए नियम बनाए हैं। आइए इस बारे में बात करते हैं विभिन्न जन प्रतिनिधियों से कि वो इस पर क्या सोचते हैं। दोस्तों, इस टाइम साढ़े नाल जुड़ चुके ने बीजेपी लीडर कमल जेटली जी। नमस्ते सर। नमस्कार जी। ਸਰ, ਜਿਵੇਂ ਕਿ ਹੁਣ ਕਰਫਿਊ ਖਤਮ ਹੋ ਚੁੱਕਾ ਹੈ, ਪੂਰੇ ਭਾਰਤ ਚ ਲੋਕਡਾਊਨ 4 ਜਿਹੜਾ ਹੈ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਕੁਝ ਹਿਦਾਇਤਾਂ ਦੇ ਨਾਲ, ਜਿਵੇਂ ਕਿ ਕਿਹਾ ਗਿਆ ਹੈ ਸੋਸ਼ਲ ਡਿਸਟੈਂਸਿੰਗ ਆ ਉਹਦਾ ਪਾਲਣ ਕਰਨਾ ਚਾਹੀਦਾ ਹੈ, ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਕੋਰੋਨਾ ਦੀ ਲੜਾਈ ਦੇ ਨਾਲ ਲੜਨ ਦੇ ਲਈ ਸਭ ਨਾਲੋਂ ਵਧੀਆ ਜਿਹੜਾ ਤਰੀਕਾ ਹੈਗਾ ਉਹ ਹੈਗਾ ਸੋਸ਼ਲ ਡਿਸਟੈਂਸ ਦਾ, ਮਾਸਕ ਦਾ, ਗਲਵਸ ਦਾ। ਔਰ ਇਹ ਜਿੰਨੀ ਦੇਰ ਕੋਰੋਨਾ ਬਿਮਾਰੀ ਪੂਰਨ ਤੌਰ ਤੇ ਖਤਮ ਨਹੀਂ ਹੋ ਜਾਂਦੀ, ਸਾਨੂੰ ਇਹਨਾਂ ਚੀਜ਼ਾਂ ਦਾ ਪੂਰਾ ਪਾਲਣ ਕਰਨਾ ਚਾਹੀਦਾ। ਔਰ ਕਿਉਂਕਿ ਕੋਰੋਨਾ ਇੱਕ ਇਨਫੈਕਸ਼ਨ ਦੀ ਬਿਮਾਰੀ ਹੈ, ਜੇ ਕੋਈ ਵੀ ਇਨਸਾਨ ਕਿਸੇ ਨੂੰ ਟੱਚ ਕਰਦਾ ਜਾਂ ਕਿਸੇ ਵਸਤੂ ਨੂੰ ਟੱਚ ਕਰਦਾ, ਉਹ ਕੋਰੋਨਾ ਇਫੈਕਟਡ ਆ ਤੇ ਉਹ ਅਗਲੇ ਬੰਦੇ ਕੋਲ ਜਾਂਦੀ ਹੈ ਤੇ ਉਹਨੂੰ ਕੋਰੋਨਾ ਹੋਣ ਦਾ ਡਰ ਰਹਿੰਦਾ। ਇਸ ਕਰਕੇ ਸਾਨੂੰ ਇਹਦਾ ਪਾਲਣ ਕਰਨਾ ਚਾਹੀਦਾ। ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬ ਸਰਕਾਰ ਦੇ ਕੈਬਨਿਟ ਮਿਨਿਸਟਰ ਭਾਰਤ ਭੂਸ਼ਣ ਆਸ਼ੂ ਜੀ ਔਰ ਉਹਨਾਂ ਦੀ ਧਰਮ ਪਤਨੀ, ਮੈਂ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਫੋਟੋਆਂ ਦੇਖੀਆਂ ਇੱਕ ਕ੍ਰੈਡਿਟ ਬਾਰ ਲਈ, ਉਹ ਬਿਲਕੁਲ ਹੀ ਸੋਸ਼ਲ ਡਿਸਟੈਂਸ ਦਾ ਉਹਨਾਂ ਨੇ ਧਿਆਨ ਨਹੀਂ ਰੱਖਿਆ। ਉਹਨਾਂ ਦੀ ਧਰਮ ਪਤਨੀ ਨੇ ਰਾਸ਼ਨ ਵੰਡਿਆ, ਮੰਦਿਰ ਦੇ ਵਿੱਚ ਰਾਸ਼ਨ ਵੰਡਿਆ, ਜੰਗਮਾਂ ਨੂੰ ਰਾਸ਼ਨ ਵੰਡਿਆ, ਉਹਨਾਂ ਦੇ ਵਿੱਚ ਕੋਈ ਸੋਸ਼ਲ ਡਿਸਟੈਂਸ ਦਾ ਇਹਨਾਂ ਨੇ ਧਿਆਨ ਨਹੀਂ ਰੱਖਿਆ। ਹਾਲਾਂਕਿ ਉਹ ਕੌਂਸਲਰ ਵੀ ਨੇ ਤੇ ਇੱਕ ਕੈਬਨਿਟ ਮਿਨਿਸਟਰ ਦੀ ਪਤਨੀ ਵੀ ਹੈ, ਤੇ ਇਹਨਾਂ ਨੂੰ ਧਿਆਨ ਰੱਖਣਾ ਚਾਹੀਦਾ। ਇਸੇ ਤਰ੍ਹਾਂ ਹੀ ਭਾਰਤ ਭੂਸ਼ਣ ਆਸ਼ੂ ਵੀ, ਉਹ ਬਿਲਕੁਲ ਜਿੱਥੇ ਜਾਂਦੇ ਨੇ ਸੋਸ਼ਲ ਡਿਸਟੈਂਸ ਦਾ ਧਿਆਨ ਨਹੀਂ ਰੱਖਦੇ। ਜੇ ਸਰਕਾਰ ਦਾ ਇੱਕ ਨੁਮਾਇੰਦਾ ਧਿਆਨ ਨਹੀਂ ਰੱਖੂਗਾ ਤੇ ਆਮ ਲੋਕਾਂ ਨੂੰ ਕੀ ਦੱਸਣਗੇ ਵੀ ਤੁਸੀਂ ਕੀ ਕਰਨਾ? ਇਹ ਮੈਂ ਸਮਝਦਾ ਬਹੁਤ ਮਾੜੀ ਗੱਲ ਹੈ। ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਸਰਾਭਾ ਨਗਰ ਪਾਰਕ ਦੇ ਵਿੱਚ ਸਾਡੇ ਲੁਧਿਆਣੇ ਦੇ ਬਹੁਤ ਤਕੜੇ ਇੰਡਸਟਰੀਅਲ ਮਿਸਟਰ ਮਾਘੂ, ਜਿਹੜੇ ਕਿੱਟੀ ਬ੍ਰੈਡ ਦੇ ਮਾਲਕ ਨੇ, ਔਰ ਸ਼੍ਰੀ ਸ਼ਾਮ ਲਾਲ ਸਪਰਾ ਜੀ, ਜਿਹੜੇ ਬੜੇ ਤਕੜੇ ਸਮਾਜ ਸੇਵਕ ਵੀ ਨੇ ਤੇ ਇੱਥੋਂ ਬੜੇ ਤਕੜੇ ਇੰਡਸਟਰੀ ਦੇ ਹੋਟਲ ਦੇ ਮਾਲਕ ਨੇ, ਫ੍ਰੈਂਡਸ ਹੋਟਲ ਦੇ, ਉਹ ਕੱਲੇ ਕੱਲੇ ਪਾਰਕ ਦੇ ਵਿੱਚ ਸੈਰ ਕਰ ਰਹੇ ਨੇ ਔਰ ਪੁਲਿਸ ਉਹਨਾਂ ਨੂੰ ਹਾਰ ਪਾ ਰਹੀ ਹੈ। ਉਹ ਕੋਈ ਸੋਸ਼ਲ ਡਿਸਟੈਂਸ ਦਾ ਉਲੰਘਣਾ ਨਹੀਂ ਕਰ ਰਹੇ, ਉਹ ਕਿਤੇ ਇਕੱਠ ਨਹੀਂ ਕਰ ਰਹੇ। ਜਦਕਿ ਦੇਖੋ, ਇਹਨਾਂ ਦਿਨਾਂ ਦਾ ਜਿਹੜਾ ਲੋਕਡਾਊਨ ਸੀਗਾ, ਇਨਸਾਨ ਕੋਈ ਵੀ ਵਿਅਕਤੀ ਆ ਘਰ ਬੈਠਾ ਸਿੱਖ ਹੋ ਜਾਂਦਾ, ਮੈਂਟਲੀ ਤੌਰ ਤੇ ਸਿੱਖ ਹੋ ਜਾਂਦਾ, ਤੇ ਜੇ ਉਹ ਸੋਸ਼ਲ ਡਿਸਟੈਂਸ ਦਾ ਧਿਆਨ ਕਰਕੇ ਪਾਰਕ ਸੈਰ ਕਰਦੇ ਆ, ਮੈਂ ਸਮਝਦਾ ਕਿ ਉਹਨਾਂ ਦੇ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਪਾਏ ਗਏ। ਪਰ ਉਹਨਾਂ ਲੋਕਾਂ ਨੇ ਪਾਏ ਜਿਨ੍ਹਾਂ ਨੇ ਲੋਕਾਂ ਨੂੰ ਦੱਸਣਾ ਕਿ ਤੁਸੀਂ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਣਾ, ਤੇ ਜਿਹੜੇ ਆਪ ਨਹੀਂ ਸੋਸ਼ਲ ਡਿਸਟੈਂਸ ਦਾ ਧਿਆਨ ਰੱਖ ਰਹੇ। ਤੇ ਇੱਥੋਂ ਦੇ ਵਜ਼ੀਰ, ਇੱਥੋਂ ਦੇ MLA, ਇਸ ਹਲਕੇ ਦੇ ਭਾਰਤ ਭੂਸ਼ਣ ਆਸ਼ੂ ਨੇ, ਮੈਂ ਸਮਝਦਾ ਕਿ ਲੋਕਾਂ ਨੂੰ ਇਹਨਾਂ ਦੇ ਗੱਲ 'ਚ ਹਾਰ ਵੀ ਪਾਉਣੇ ਚਾਹੀਦੇ ਨੇ, ਤੇ ਜਿਹਨਾਂ ਨੂੰ ਇੰਨਾ ਨਹੀਂ ਪਤਾ ਵੀ ਸੋਸ਼ਲ ਡਿਸਟੈਂਸ ਦਾ ਜਿਹੜੇ ਪਾਲਣਾ ਕਰਦੇ ਆ ਉਹਨਾਂ ਨੂੰ ਤੁਸੀਂ ਉਹਨਾਂ ਦੇ ਨਾਲ ਕੀ ਕਰ ਰਹੇ ਹੋ, ਤੇ ਜਿਹੜੇ ਤੁਸੀਂ ਜਿਹਨੂੰ ਪਾਲਣਾ ਕਰਨੀ ਚਾਹੀਦੀ ਆ ਤੁਸੀਂ ਕਰ ਨਹੀਂ ਰਹੇ, ਤੇ ਇਹਨਾਂ ਦੇ ਨਾਲ ਕੀ ਹੋਣਾ ਚਾਹੀਦਾ? ਇਹ ਦੇਖੋ, ਜਿਹੜਾ ਨੁਮਾਇੰਦਾ ਹੁੰਦਾ ਉਹਦੀ ਜ਼ਿੰਮੇਵਾਰੀ ਹੁੰਦੀ ਆ ਉਸ ਹਲਕੇ ਦਾ ਧਿਆਨ ਰੱਖਣਾ, ਸਾਰੇ ਹਲਕਾ ਨਿਵਾਸੀਆਂ ਦਾ ਧਿਆਨ ਰੱਖਣਾ, ਤੇ ਜਿਹੜਾ ਇਸ ਨੂੰ ਪਾਲਣਾ ਜਿਹੜਾ ਕਰ ਰਿਹਾ ਉਹਦਾ ਵੀ ਧਿਆਨ ਰੱਖਣਾ, ਜਿਹੜਾ ਨਹੀਂ ਪਾਲਣਾ ਕਰ ਰਿਹਾ ਉਹਦਾ ਵੀ ਧਿਆਨ ਰੱਖਣਾ। ਪਰ ਜਿਹੜਾ ਮੰਤਰੀ ਆਪ ਹੀ ਉਸ ਗੱਲ ਦੀ ਪਾਲਣਾ ਨਹੀਂ ਕਰਦਾ, ਉਹ ਕਿਸੇ ਦਾ ਕੀ ਧਿਆਨ ਰੱਖੂਗਾ? ਹੁਣ ਤੁਸੀਂ ਦੇਖੋ ਨਾ, ਲੁਧਿਆਣੇ ਦੇ ਵਿੱਚ ਪੌਸ਼ ਏਰੀਆ, ਸਰਾਭਾ ਨਗਰ ਹੈ, ਲੁਧਿਆਣਾ ਹਲਕਾ ਵੈਸਟ ਹੈ, ਔਰ ਪੌਸ਼ ਏਰੀਏ ਦੇ ਵਿੱਚ, ਸਰਾਭਾ ਨਗਰ ਦੇ ਵਿੱਚ ਜਿੱਥੇ ਕੰਮ ਹੋ ਰਿਹਾ ਤੇ ਉਹਦੇ ਮੈਂ ਸਮਝਦਾ ਭਾਰਤ ਭੂਸ਼ਣ ਦੇ ਆਸ਼ੂ ਦੇ ਕਹਿਣ ਦੇ ਉੱਤੇ ਹੋ ਰਿਹਾ, ਉਹਦੇ ਕਹੇ ਦੇ ਬਗੈਰ ਨਹੀਂ ਹੋ ਸਕਦਾ। ਜੇ ਉਹਨੇ ਕਹਿ ਕੇ ਇਹ ਇੰਡਸਟਰੀ ਵਾਲਿਆਂ ਨੂੰ ਜਲੀਲ ਕੀਤਾ ਗਿਆ ਇੱਕ ਤਰ੍ਹਾਂ ਦਾ, ਇਹ ਬਿਲਕੁਲ ਗਲਤ ਹੈ, ਇਹਨਾਂ ਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ। ਔਰ ਇਸ ਗੱਲ ਦੇ ਟੋਟਲ ਜ਼ਿੰਮੇਵਾਰ ਮਿਸਟਰ ਭਾਰਤ ਭੂਸ਼ਣ ਆਸ਼ੂ, ਜਿਹੜੇ ਸਾਡੇ ਇੰਡਸਟਰੀ ਲੋਕਾਂ ਦਾ ਮਜ਼ਾਕ ਉਡਾ ਰਹੇ ਨੇ, ਇਹ ਜਿਹੜੇ ਮੰਤਰੀਆਂ ਦੀਆਂ ਫੋਟੋਆਂ ਕੱਢ ਕੇ ਉਹਨਾਂ ਨੂੰ ਦਿਖਾਉਣੀਆਂ ਚਾਹੀਦੀਆਂ, ਜਿਹਨਾਂ ਨੇ ਸੋਸ਼ਲ ਡਿਸਟੈਂਸ ਦਾ ਮਜ਼ਾਕ ਉਡਾਇਆ, ਜਿਹਨਾਂ ਨੇ ਮਾਸਕ ਨਹੀਂ ਪਾਏ। ਅੱਜ ਦੇਖੋ, ਜਿਹੜੀ ਲੇਬਰ ਇੱਥੋਂ ਮਾਈਗ੍ਰੇਟ ਹੋ ਰਹੀ ਹੈ, ਲੇਬਰ ਪ੍ਰਵਾਸੀ ਲੋਕ ਜਾ ਰਹੇ ਨੇ, ਉੱਥੇ ਕਿਵੇਂ ਲਾਈਨਾਂ ਲੱਗੀਆਂ ਹੋਈਆਂ ਨੇ? ਇਹਨਾਂ ਦੇ ਸਰਕਾਰੀ ਮੁਲਾਜ਼ਮ ਮੌਜੂਦ ਨੇ ਜਦੋਂ ਪਾਸ ਬਣਾ ਰਹੇ ਨੇ, ਰੇਲਵੇ ਸਟੇਸ਼ਨ ਤੇ ਦੇਖੋ ਇਹਨਾਂ ਨੇ ਕੀ ਹਾਲ ਕੀਤਾ ਹੋਇਆ ਉਹਨਾਂ ਲੋਕਾਂ ਦਾ, ਇਹਦੇ ਵਿੱਚ ਸਾਰੇ ਜ਼ਿੰਮੇਵਾਰ ਨੇ ਇਹਨਾਂ ਦੇ ਉੱਤੇ ਇਹ ਬਿਲਕੁਲ ਹਿਊਮਨ ਰਾਈਟਸ ਦੇ ਵਿੱਚ ਜਾਣਾ ਚਾਹੀਦਾ, ਜਾ ਕੇ ਮੁੱਦਾ ਹਟਾਉਣਾ ਚਾਹੀਦਾ।
बिल्कुल सर, थैंक यू सर, थैंक यू फॉर द इन्फॉर्मेशन एंड ओके इंटरव्यू। जी, मेहरबानी जी, थैंक यू।